ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਅੱਜ ਦੱਸਾਂਗਾ ਕਿ ਪੰਜਾਬ ਵਿੱਚ ਆਉਣ ਵਾਲੀਆਂ ਅਪਕਮਿੰਗ ਜੌਬਸ ਠੀਕ ਹੈ ਜੀ ਜਿਹੜੀਆਂ ਤੁਸੀਂ ਪੰਜਾਬ ਦੇ ਵਿੱਚ ਦੇਖਦੇ ਹੋ ਕਿ ਡੇਲੀ ਬੇਸਿਸ ਤੇ ਕਿਹੜੀ ਜੌਬ ਆਏਗੀ ਜਾਂ ਕਿਹੜੀ ਤੁਸੀਂ ਅਪਲਾਈ ਕਰ ਸਕਦੇ ਹੋ ਬਹੁਤ ਸਾਰੇ ਕੈਂਡੀਡੇਟਸ ਨੇ ਕਮੈਂਟ ਕੀਤਾ ਸੀ ਸਾਨੂੰ ਕਿ ਪੰਜਾਬ ਦੇ ਵਿੱਚ ਕਿਹੜੀ ਕਿਹੜੀ ਜੌਬਸ ਆਉਣ ਵਾਲੀਆਂ ਨੇ ਤਾਂ ਕਿ ਉਹ ਉਹਦੀ ਤਿਆਰੀ ਕਰ ਸਕਣ ਤਾਂ ਉਹਨਾਂ ਦੀ ਹੀ ਡਿਮਾਂਡ ਦੇ ਉੱਪਰ ਇਹ ਵੀਡੀਓ ਬਣਾਈ ਗਈ ਹੈ ਠੀਕ ਹੈ ਜੀ ਕਿ ਕਿਹੜੀਆਂ ਕਿਹੜੀਆਂ ਜੌਬਸ ਆਉਣਿਆ ਨੇ ਔਰ ਕਿਹਦੇ ਲਈ ਤੁਸੀਂ ਕਿਹੜੇ ਕਿਹੜੇ ਕੀ ਕ੍ਰਾਈਟੇਰੀਆ ਰਹਿੰਦਾ ਹੈ ਜ਼ਰੂਰ ਬਣਾਵਾਂਗੇ ਜਦੋਂ ਵੀ ਇਹ ਜੌਬਸ ਨਿਕਲਣਗੀਆਂ ਉਦੋਂ ਵੀ ਅਪਡੇਟ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਤਿਆਰੀ ਕਰ ਸਕੋ ਉਹਦੇ ਲਈ ਇਹ ਵੀਡੀਓ ਬਣਾਈ ਗਈ ਹੈ ਠੀਕ ਹੈ ਜੀ ਚਲੋ ਅਸੀਂ ਅੱਜ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਾਂਗਾ ਕਿ ਤੁਸੀਂ ਮੇਰੇ YouTube ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਸਬਸਕ੍ਰਾਈਬ ਬਟਨ ਤੇ ਬੈਲ ਬਟਨ ਜ਼ਰੂਰ ਦਬਾਣਾ ਤਾਂਕਿ ਤੁਸੀਂ ਗਵਰਨਮੈਂਟ ਜੌਬ ਦੇ ਨਵੇਂ ਅਪਡੇਟਸ ਲੈ ਸਕੋ ਡੇਲੀ ਬੇਸਿਸ ਤੇ ਠੀਕ ਹੈ ਜੀ ਔਰ ਸਾਡੀ ਵੈਬਸਾਈਟ www.clori.com ਤੇ ਜਾਣਾ ਨਾ ਭੁੱਲਾ ਜਿਹਦੇ ਉੱਪਰ ਅਸੀਂ ਡੇਲੀ ਬੇਸਿਸ ਤੇ ਜਿਹੜੇ ਜੌਬਸ ਨੇ ਉਹ ਅਪਡੇਟ ਕਰਦੇ ਰਹਿੰਦੇ ਹਾਂ ਠੀ ਠੀਕ ਹੈ ਜੀ ਪੰਜਾਬ ਮੰਡੀ ਬੋਰਡ ਦੇ ਵਿੱਚ ਜਿਹੜੀਆਂ ਇਹ ਹਾਲੇ ਡਿਲੇ ਚੱਲ ਰਿਹਾ ਹੈ ਕਾਫੀ ਟਾਈਮ ਤੋਂ ਜਿਹੜੇ ਕੈਂਡੀਡੇਟਸ ਨੇ ਵੇਟ ਕਰ ਰਹੇ ਨੇ ਇਹਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਨਾਰਮਲੀ ਬੈਕ ਆਫਿਸ ਦੀਆਂ ਜੋਬਸ ਹੁੰਦੀਆਂ ਨੇ ਠੀਕ ਹੈ ਜੀ ਔਰ ਬੈਕ ਆਫਿਸ ਜੋਬਸ ਜੇ ਸਿਟਿੰਗ ਜੋਬਸ ਹੁੰਦੀਆਂ ਤੁਹਾਨੂੰ ਪਤਾ ਹੀ ਹੋਏਗਾ ਠੀਕ ਹੈ ਜੀ ਇਹਦੇ ਵਿੱਚ ਪਲੱਸ 2 ਠੀਕ ਹੈ ਗ੍ਰੈਜੂਏਸ਼ਨ ਬੇਸਿਸ ਤੇ ਜਿਹੜੀਆਂ ਇਹ ਜੋਬਸ ਨਿਕਲਦੀਆਂ ਨੇ ਨੰਬਰ ਆਫ ਜਿਹੜੀ ਇਹਨਾਂ ਦੀ ਹੁੰਦੀ ਹੈ ਜੋਬਸ ਦੀ ਪੋਸਟ ਹੀ ਹੁੰਦੀ ਹੈ ਉਹ ਮੈਂ ਦੱਸ ਨਹੀਂ ਸਕਦਾ ਡਿਫਾਈਨ ਨਹੀਂ ਕਰ ਸਕਦਾ ਕਿਉਂਕਿ ਉਹ ਬਦਲਦੀ ਰਹਿੰਦੀਆਂ ਲਾਸਟ ਈਅਰ ਵੀ ਜਾਂ ਉਸ ਤੋਂ ਲਾਸਟ ਈ ਬਾਦ ਨੈਕਸਟ ਜਿਹੜੀ ਹੈਗੀ ਹੈ ਆਣੀ ਹੈ ਅਪਕਮਿੰਗ ਜੌਬ ਹੈਗੇ ਪੰਜਾਬ ਪੀਸੀਐਸ ਸਭ ਨੂੰ ਪਤਾ ਹੀ ਹੋਏਗਾ ਪੰਜਾਬ ਪੀਸੀਐਸ ਪੰਜਾਬ ਸਿਵਲ ਸਰਵਿਸਿਜ਼ ਦੀ ਹੈ ਠੀਕ ਹੈ ਜੀ ਇਹ ਕਾਫੀ ਜਿਹੜੇ ਲੋਕ ਨੇ ਇਹਦੇ ਨੂੰ ਫਿਲ ਕਰਦੇ ਨੇ ਇਹਦੇ ਵਿੱਚ ਜਿਹੜੀਆਂ ਬਹੁਤ ਘੱਟ ਜਿਹੜੀਆਂ ਪੋਸਟਾਂ ਨਿਕਲਦੀਆਂ ਨੇ 100 ਤੋਂ 120 ਪੋਸਟਾਂ ਹੀ ਨਿਕਲਦੀਆਂ ਨੇ ਔਰ ਗ੍ਰੈਜੂਏਸ਼ਨ ਬੇਸਿਸ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜੇ ਗ੍ਰੈਜੂਏਟ ਨੇ ਉਹਨੂੰ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਇਹਦੇ ਵਿੱਚ 60 ਤੋਂ 70 ਹਜ਼ਾਰ ਲੋਕ ਅਪਲਾਈ ਕਰਦੇ ਨੇ ਮੋਸਟਲੀ ਔਰ ਇਹਨਾਂ ਵਿੱਚ ਜਿਹੜੇ ਪਹਿਲੇ ਦੋ ਟੈਸਟ ਦੇ ਵਿੱਚੋਂ ਹੀ ਸਾਰੇ ਲੋਕ ਕਾਫੀ ਕੈਂ ਨੇ ਠੀਕ ਹੈ ਜੀ ਸੋ ਇਹਦੇ ਵੀ ਕਾਫੀ ਵਧੀਆ ਜੌਬ ਹੈ ਔਰ ਇਸ ਦੇ ਵਿੱਚ ਮੈਂ ਤੁਹਾਨੂੰ ਪੰਜਾ ਪੀਸੀਐਸ ਦੱਸਣਾ ਚਾਹਾਂਗਾ ਜਿਹੜੀ ਡੀਐਸਪੀ ਦੀ ਪੋਸਟ ਦੇ ਲਈ ਮੈਂ ਵੀਡੀਓ ਜਿਹੜੀ ਹੈ ਲਾਸਟ ਟਾਈਮ ਵੀ ਬਣਾਈ ਸੀ ਠੀਕ ਹੈ ਅਗਰ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੀ ਡਿਮਾਂਡ ਤੇ ਦੁਬਾਰਾ ਵੀ ਬਣਾ ਦਾਂਗਾ ਕਿ ਕਿੱਦਾਂ ਤੁਸੀਂ ਡੀਐਸਪੀ ਪੋਸਟ ਲਈ ਵੀ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਔਰ ਨੈਕਸਟ ਹੁਣ ਪੋਸਟ ਹੈ ਨੈਕਸਟ ਹੈ ਪੰਜਾਬ এডਿਕੇਸ਼ਨ ਦੇ ਵਿੱਚ ਪੰਜਾਬ এডਿਕੇਸ਼ਨ ਦੇ ਵਿੱਚ ਨਾਮ ਤੋਂ ਹੀ ਪਤਾ ਲੱਗ ਰਿਹਾ ਜੀ ਟੀਚਿੰਗ ਕਲਰਕ ਠੀਕ ਹੈ ਜੀ ਔਰ ਉਹਨਾਂ ਨੇ ਇਸ ਵਾਰ ਜਿਹੜੀ ਡਾਟਾ ਐਂਟਰੀ ਆਪਰੇਟਰ ਦੀ ਵੀ ਅਪਡੇਟ ਆਇਆ ਹੈ ਕਿ ਇਹ ਵੀ ਜਿਹੜੀਆਂ ਜੌਬਸ ਨੇ ਇਹਦੇ ਵਿੱਚ ਨਿਕਲਣ ਗਈਆਂ ਔਰ ਇਹ ਚ ਕੁਆਲਿਫੀਕੇਸ਼ਨ ਕੀ ਰਹੇਗੀ ਪਲੱਸ 2 ਵਾਲੇ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਪੋਸਟ ਗ੍ਰੈਜੂਏਸ਼ਨ ਵਾਲੇ ਵੀ ਕਰ ਸਕਦੇ ਨੇ ਔਰ ਬੀਐਡ ਵਾਲੇ ਵੀ ਕਰ ਸਕਦੇ ਨੇ ਕਿਉਂਕਿ ਅਲੱਗ-ਅਲੱਗ ਪੋਸਟ ਕਰਦੇ ਨੇ ਜਿਹੜੀ ਇਹ ਪੰਜਾਬ ਐਜੂਕੇਸ਼ਨ ਬੋਰਡ ਵਾਲੇ ਕਰਦੇ ਨੇ ਠੀਕ ਹੈ ਜੀ ਇਹਦੇ ਵਿੱਚ ਜਦੋਂ ਵੀ ਆਏਗਾ ਅਪਡੇਟ ਤੁਹਾਨੂੰ ਉਹ ਨਾਲ ਦੀ ਨਾਲ ਅਪਡੇਟ ਵੀ ਕਰ ਦਾਂਗਾ ਠੀਕ ਹੈ ਜੀ ਨੈਕਸਟ ਹੈਗੀ ਹੈ ਸਾਡੇ ਕੋ ਪੰਜਾਬ ਫੂਡ ਸਪਲਾਈ ਠੀਕ ਹੈ ਜੀ ਪੰਜਾਬ ਫੂਡ ਸਪਲਾਈ ਦੇ ਵਿੱਚ ਤੁਸੀਂ ਅਗਰ ਦੇਖੋਗੇ ਤਾਂ ਫੂਡ ਇਨਸਪੈਕਟਰ ਦੀ ਆਉਂਦੀ ਹੈ ਠੀਕ ਹੈ ਜੀ ਔਰ ਮੈਂਬਰਸ ਦੀ ਵੀ ਜੌਬ ਨਿਕਲਦੀ ਹੈ ਨਾਲ ਠੀਕ ਹੈ ਜੀ ਹੈਲਪ ਰੂਮ ਦੇ ਡੇ ਉਹਨਾਂ ਦੇ ਇਹਦੇ ਵਿੱਚ ਜਿਹੜੀ ਮੋਸਟਲੀ ਕੁਆਲਿਫੀਕੇਸ਼ਨ ਮੰਗੀ ਜਾਂਦੀ ਹੈ ਉਹ ਗ੍ਰੈਜੂਏਸ਼ਨ ਮੰਗੀ ਜਾਂਦੀ ਹੈ ਠੀਕ ਹੈ ਜੀ ਗ੍ਰੈਜੂਏਟ ਵਾਲੇ ਹੀ ਇੱਥੇ ਅਪਲਾਈ ਕਰ ਸਕਦੇ ਨੇ ਕਾਫੀ ਵਧੀਆ ਜੌਬ ਹੁੰਦੀ ਹੈ ਪੇ ਸਕੇਲ ਵੀ ਕਾਫੀ ਵਧੀਆ ਹੁੰਦਾ ਹੈ ਠੀਕ ਹੈ ਜੀ ਇਹਦੇ ਲਈ ਤੁਹਾਡਾ ਜਿਹੜਾ ਅਗਰ ਤੁਸੀਂ ਪੁਰਾਣੇ ਪ੍ਰੀਵ ਟਾਫ ਨਹੀਂ ਹੁੰਦਾ ਤੁਸੀਂ ਇਹ ਲਈ ਜਿਹੜੀ ਤਿਆਰੀ ਕਰ ਸਕਦੇ ਹੋ ਠੀਕ ਹੈ ਜੀ ਸੋ ਦੋਸਤੋ ਨੈਕਸਟ ਜਿਹੜੀ ਹੈਗੀ ਹੈ ਵਾਟਰ ਸਪਲਾਈ ਦੀ ਹੈਗੀ ਹੈ ਵਾਟਰ ਸਪਲਾਈ ਦੇ ਵਿੱਚ ਵੀ ਕਾਫੀ ਪੋਸਟਾਂ ਨਿਕਲਦੀਆਂ ਨੇ ਠੀਕ ਹੈ ਜੀ ਵਾਟਰ ਸਪਲਾਈ ਦੀ ਗੱਲ ਕਰੀ ਤਾਂ ਜਿਹੜੀ ਪੋਸਟ ਹੁੰਦੀਆਂ ਨੇ ਮੋਸਟਲੀ ਜਈ ਦੀਆਂ ਨਿਕਲਦੀਆਂ ਨੇ ਠੀਕ ਹੈ ਜੀ 200 ਤੋਂ 300 ਪੋਸਟ ਹੁੰਦੀਆਂ ਨੇ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਅਪਲਾਈ ਕਰਦੇ ਨੇ ਉਹ ਬੀਟੈਕ ਵਾਲੇ ਕਰਦੇ ਨੇ ਮਤਲਬ ਜਿਹੜੇ ਇੰਜੀਨੀਅਰਿੰਗ ਕੀਤੀ ਹੁੰਦੀ ਹੈ ਇੰਜੀਨੀਅਰਿੰਗ ਮਤਲਬ ਡਿਪਲੋਮਾ ਹੋ ਗਿਆ ਬੀਟੈਕ ਹੋ ਗਈ ਇਹ ਚ ਇਲੈਕਟ੍ਰੀਕਲ ਵਾਲੇ ਈਸੀਈ ਵਾਲ ਸਾਈਡ ਨੇ ਇਹਦੀ ਪੋਸਟ ਦੇ ਵਿੱਚ ਠੀਕ ਹੈ ਜੀ ਇਸ ਪੋਸਟ ਦੇ ਲਈ ਠੀਕ ਹੈ ਜੀ ਜਈ ਪੋਸਟ ਹੁੰਦੇ ਕਾਫੀ ਵੱਡੇ ਮਤਲਬ ਪੇ ਸਕੇਲ ਵੀ ਵਧੀਆ ਹੁੰਦਾ ਹੈ ਠੀਕ ਹੈ ਜੀ ਜੋਬ ਪ੍ਰੋਫਾਈਲ ਵੀ ਬਹੁਤ ਵਧੀਆ ਹੁੰਦੀ ਹੈ ਸੋ ਤੁਸੀਂ ਇਹਦੇ ਲਈ ਅਪਲਾਈ ਵੀ ਕਰ ਸਕਦੇ ਹੋ ਨੈਕਸਟ ਜਿਹੜਾ ਹੈਗਾ ਜੀ ਛੇਵਾਂ ਉਹ ਹੈਲਥ ਡਿਪਾਰਟਮੈਂਟ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਆਈ ਆ ਤਾਂ ਨਰਸ ਨਰਸ ਦੀ ਆਉਂਦੀ ਹੈ ਡਾਕਟਰਸ ਦੀ ਆਉਂਦੀ ਹੈ ਠੀਕ ਹੈ ਜੀ ਇਹਦੇ ਵਿੱਚ ਮਿਕਸ ਇਨ ਮੈਚ ਜਿਹੜੀਆਂ ਨੇ ਨਿਕਲਦੀਆਂ ਨੇ ਪੋਸਟ ਔਰ ਮੋਸਟਲੀ 400 ਤੋਂ ਲੈ ਕੇ 500 ਨੰਬਰ ਆਫ ਪੋਸਟ ਹੁੰਦੀਆਂ ਨੇ ਇਹਦੇ ਵਿੱਚ ਔਰ ਜਿਹੜੀ ਮੈਡੀਕਲ ਫੀਲਡ ਦੇ ਵਿੱਚ ਇਹਨਾਂ ਦੀ ਕੁਆਲਿਫੀਕੇਸ਼ਨ ਹੁੰਦੀ ਹੈ ਠੀਕ ਹੈਲਥ ਡਿਪਾਰਟਮੈਂਟ ਦੇ ਵਿੱਚ ਜਦੋਂ ਵੀ ਅਪਡੇਟ ਨਿਕਲੇਗਾ ਮੈਂ ਨਾਲ ਨਾਲ ਤੁਹਾਨੂੰ ਅਪਡੇਟ ਦਵਾਵਾਂਗਾ ਔਰ ਇਹ ਜਿਹੜੇ ਮੈਂ ਤੁਹਾਨੂੰ ਨੰਬਰ ਆਫ ਪੋਸਟ ਦੱਸ ਰਿਹਾ ਇਹ ਪ੍ਰੀਵੀਅਸ ਜਿਹੜੇ ਆਏ ਨੇ ਨਾ ਅਸੀਂ ਕਿਉਂਕਿ ਡੇਲੀ ਬੇਸਿਸ ਤੇ ਸਾਡਾ ਕੰਮ ਹੀ ਹੈ ਪੋਸਟ ਅਪਡੇਟ ਕਰਨਾ ਤਾਂ ਸਾਨੂੰ ਇਹਦੇ ਬਾਰੇ ਨੋਲੇਜ ਹੈ ਕਿ ਕਿਹੜਾ ਡਿਪਾਰਟਮੈਂਟ ਕਿੰਨੀ ਕੁ ਪੋਸਟ ਅਪਰੋਕਸ ਕੱਢਦਾ ਹੈ ਕਿਉਂਕਿ ਅਸੀਂ ਤਾਂ ਹੁਣ 2-3 ਸਾਲ ਹੋ ਚੁਲੇ ਨੇ ਅਪਡੇਟ ਕਰਦੇ ਹੋਏ ਇਹਨੂੰ ਸਾਨੂੰ ਪੋਸਟਾਂ ਦੀ ਇਨਫੋਰਮੇਸ਼ਨ ਬਾਰੇ ਵਿੱਚ ਤਾਂ ਅਸੀਂ ਪ੍ਰੀਵੀਅਸ ਅਗਰ ਦੇਖੀਏ ਕਾਊਂਟ ਦੇ ਅਕੋਰਡਿੰਗਲੀ ਤੁਹਾਨੂੰ ਮੈਂ ਅਪਰੋਕਸ ਆਈਡੀਆ ਦੇ ਜਿਹੜੇ ਕੈਂਡੀਡੇਟਸ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੀ ਕਿਹੜੀ ਪੋਸਟ ਅਪਕਮਿੰਗ ਆਉਣ ਵਾਲੀਆਂ ਨੇ ਤਾਂ ਕਿ ਉਹ ਉਹਦੇ ਲਈ ਤਿਆਰੀ ਕਰ ਸਕਣ ਠੀਕ ਹੈ ਜੀ ਚਲੋ ਨੈਕਸਟ ਜਿਹੜੀ ਪੋਸਟ ਹੈ ਅਸੀਂ ਗੱਲ ਕਰਦੇ ਹਾਂ ਨੈਕਸਟ ਹੈਗੀ ਹੈ ਪੰਜਾਬ ਪੁਲਿਸ ਦੀ ਮੋਸਟ ਅਵੇਟਡ ਜਿਹੜੀ ਜੋਬ ਜੋਬ ਪ੍ਰੋਫਾਈਲ ਹੈ ਇਹ ਵਾਲੀ ਠੀਕ ਹੈ ਜੀ ਜਿਹਦੇ ਵਿੱਚ ਲੋਕ ਬਹੁਤ ਸਾਰੇ ਜਿਹੜੇ ਟਾਈਮ ਤੋਂ ਵੇਟ ਕਰ ਰਹੇ ਨੇ ਕਾਫੀ ਕੈਂਡੀਡੇਟਸ ਫਰਸਟ ਈਟ ਵੀ ਹੋ ਚੁੱਕੇ ਨੇ ਇਹਨਾਂ ਦੁਆਰਾ ਜਿਹੜੇ ਪੋਸਟ ਅਪਡੇਟ ਆਉਂਦੇ ਰਹਿੰਦੇ ਨੇ ਅਖਬਾਰ ਦੇ ਵਿੱਚ ਕਟਿੰਗ ਦੇ ਵਿੱਚ ਨਿਊਜ਼ਪੇਪਰ ਦੇ ਵਿੱਚ ਕਿ ਹੁਣ ਨਿਕਲੇਗੀ ਨੈਕਸਟ ਮਨ ਨਿਕ ਸਟੇਬਲ ਦੀ ਨਿਕਲਨੀ ਹੈ ਜੇਲਡ ਵਾਰਡਨ ਦੀ ਨਿਕਲਨੀ ਹੈ ਇਹਦੇ ਵਿੱਚ ਜਿਹੜੀ ਹੈਗੀ ਹੈ ਕਨਸਟੇਬਲ ਦੇ ਲਈ ਜਿਹੜੀ ਹੁੰਦੀ ਹੈ ਪਲੱਸ 2 ਰਿਕੁਆਇਰਡ ਹੁੰਦੀ ਹੈ ਕੁਆਲੀਫਿਕੇਸ਼ਨ ਮਿਨੀਮਮ ਔਰ ਗ੍ਰੈਜੂਏਸ਼ਨ ਜਿਹੜੀ ਹੁੰਦੀ ਹੈ ਐਸਆਈ ਔਰ ਜੇਲਡ ਵਾਰਡਨ ਦੇ ਲਈ ਹੁੰਦੀ ਹੈ ਠੀਕ ਹੈ ਜੀ ਇਹਦੇ ਲਈ ਗ੍ਰੈਜੂਏਟ ਵੀ ਅਪਲਾਈ ਕਰ ਸਕਦੇ ਨੇ ਸੋ ਤੁਸੀਂ ਤਿਆਰੀ ਰੱਖਣਾ ਆਪਣੀ ਠੀਕ ਹੈ ਜੀ ਇਹ ਬਹੁਤ ਹੀ ਜਲਦ ਜਿਹੜੀ ਹੈ ਇਹ ਭਰਤੀ ਨਿਕਲੇਗੀ ਠੀਕ ਹੈ ਜੀ ਔਰ ਨੈਕਸਟ ਜਿਹੜੀ ਹੈਗੀ ਹੈ ਪੰਜਾਬ ਪਟਵਾਰੀ ਦੀ ਭਰਤੀ ਠੀਕ ਹੈ ਜੀ ਇਹ ਵੀ ਕਾਫੀ ਹਾਈ ਪ੍ਰੋਫਾਈਲ ਜਿਹੜੀ ਅਸੀਂ ਲੋਕ ਸੁਣਦੇ ਨੇ ਕਿ ਪਟਵਾਰੀ ਦੀ ਭਰਤੀ ਆਣੀ ਹੈ ਠੀਕ ਹੈ ਜੀ ਪਟਵਾਰੀ ਇਹਦੇ ਵਿੱਚ ਪਟਵਾਰੀ ਦੀ ਭਰਤੀ ਨਿਕਲ ਗਈ ਐ ਪ੍ਰੋਕਸ ਜਿਹੜੀ ਇਸ ਵਾਰ ਇਹਨਾਂ ਨੇ ਐਸਟੀਮੇਟ ਦਿੱਤਾ 2000 ਪਟਵਾਰੀਆਂ ਦੀ ਭਰਤੀ ਜਿਹੜੀ ਨਿਕਲਣੀ ਹੈ ਔਰ ਇਹਦੇ ਵਿੱਚ ਜਿਹੜੀ ਕੁਆਲਿਫੀਕੇਸ਼ਨ ਰਿਕੁਆਇਰਡ ਹੁੰਦੀ ਹੈ ਉਹ ਗ੍ਰੈਜੂਏਸ਼ਨ ਹੁੰਦੀ ਹੈ ਠੀਕ ਹੈ ਜੀ ਔਰ ਪਲੱਸ 2 ਵੀ ਹੁੰਦੀ ਹੈ ਪਰ ਗ੍ਰ ਪੰਜਾਬ ਫੋਰਸ ਦੇ ਵਿੱਚ ਗਾਰਡ ਦੀ ਭਰਤੀ ਆਉਂਦੀ ਹੈ ਵਾਚਰ ਦੀ ਭਰਤੀ ਆਉਂਦੀ ਹੈ ਔਰ ਜਿਹੜੀ ਨੰਬਰ ਆਫ ਪੋਸਟ ਹੁੰਦੀਆਂ ਨੇ ਉਹ ਹੁੰਦੀਆਂ ਨੇ 200 ਤੋਂ 300 ਤੱਕ ਠੀਕ ਹੈ ਜੀ ਔਰ 200 ਤੋਂ 300 ਤੱਕ ਜਿਹੜੀਆਂ ਨੇ ਪੋਸਟ ਨਿਕਲਦੀਆਂ ਨੇ ਠੀਕ ਹੈ ਜੀ ਔਰ ਇਹਨਾਂ ਦੀ ਜਿਹੜੀ ਕੁਆਲਿਫੀਕੇਸ਼ਨ ਹੈ ਉਹ ਕੋਈ ਮੈਂ ਦੱਸ ਨਹੀਂ ਪਾਵਾਂਗਾ ਐਸਟੀਮੇਟ ਵੀ ਉਹ ਜਦੋਂ ਨਿਕਲੇਗੀ ਮੈਂ ਨਾਲ ਦੀ ਨਾਲ ਤੁਹਾਨੂੰ ਅਪਡੇਟ ਦੇ ਦਾਂਗਾ ਠੀਕ ਹੈ ਜੀ ਨੈਕਸਟ ਜਿਹੜੀ ਭਰਤੀ ਹੈ ਦੋਸਤੋ ਉਹ ਹੈਗੀ ਹੈ ਪੁੱਡਾ ਦੀ ਪੁੱਡਾ ਦੀ ਭਰਤੀ ਦੀ ਅਗਰ ਅਸੀਂ ਗੱਲ ਕਰੀਏ ਇਹਦੇ ਵਿੱਚ ਟੈਕਨੀਕਲ ਵੀ ਹੁੰਦੀਆਂ ਨੇ ਨਾਨ ਟੈਕਨੀਕਲ ਵੀ ਹੁੰ ਕਲਰਕ ਦੀ ਭਰਤੀ ਵੀ ਹੁੰਦੀ ਹੈ ਇਹਦੇ ਵਿੱਚ ਜਿਹੜੀ ਮੋਸਟਲੀ ਹੁੰਦੀ ਹੈ ਗ੍ਰੈਜੂਏਸ਼ਨ ਕੁਆਲਿਫਿਕੇਸ਼ਨ ਰਿਕੁਆਇਰਡ ਹੁੰਦੀ ਹੈ ਪਲੱਸ 2 ਵਾਲਿਆਂ ਲਈ ਵੀ ਆਉਂਦੀ ਹੈ ਠੀਕ ਹੈ ਜੀ ਉਹ ਨਾਨ ਟੈਕਨੀਕਲ ਦੇ ਵਿੱਚ ਉਹ ਵੀ ਅਪਲਾਈ ਕਰ ਸਕਦੇ ਨੇ ਸੋ ਇਹਦੇ ਲਈ ਤਿਆਰੀ ਰੱਖਣਾ ਠੀਕ ਹੈ ਜੀ ਬਹੁਤ ਜਲਦ ਇਹ ਵਾਲੀਆਂ ਜਿਹੜੀਆਂ ਭਰਤੀਆਂ ਨੇ ਉਹ ਆਊਟ ਹੋਣਗੀਆਂ ਠੀਕ ਹੈ ਜੀ ਨੈਕਸਟ ਜਿਹੜੀ ਹੈਗੀ ਹੈ 11ਵੇਂ ਨੰਬਰ ਤੇ ਉਹ ਹੈਗੀ ਹੈ ਵੇਰਕਾ ਦੀ ਭਰਤੀ ਵੇਰਕਾ ਦੇ ਵਿੱਚ ਮੋਸਟਲੀ ਕਲਰਕ ਦੀ ਭਰਤੀ ਹੀ ਨਿਕਲਦੀ ਹੈ ਠੀਕ ਹੈ ਜੀ ਗ੍ਰੈਜੂਏਸ਼ਨ ਬੇਸਿਸ ਤੇ ਟੈਕਨੀਕਲ ਵੀ ਨਿਕਲਦੀਆਂ ਨੇ ਲੇਕਿਨ ਬਹੁਤ ਘੱਟ ਨਿਕਲਦੀਆਂ ਨੇ ਇਹਦੇ ਵਿੱਚ ਸੋ ਗ੍ਰੈਜੂਏਟ ਜਿਹੜੇ ਨੇ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਔਰ ਇਹਦੀ ਬਾਕੀ ਦੀ ਫਰਦਰ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ YouTube ਤੋਂ ਸਰਚ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਜਿਹੜੀ ਹੈਗੀ ਹੈ ਭਰਤੀ ਉਹ ਆਉਂਦੀ ਹੈ ਜੀ ਸਾਡੀ T ट्रिपल S B ਦੀ ਠੀਕ ਹੈ ਜੀ ਇਹਦੇ ਵਿੱਚ ਕਾਂਗੋ ਠੀਕ ਹੈ ਜੀ ਕਿ ਜਿਹੜੇ ਹੁੰਦੇ ਕਾਂਗੋ ਹੁੰਦੇ ਨੇ ਸਟੈਨੋ ਇਹਨਾਂ ਦੀ ਭਰਤੀ ਨਿਕਲਦੀ ਹੈ ਠੀਕ ਹੈ ਜੀ ਇਹਦੇ ਵਿੱਚ ਮੈਂ ਤੁਹਾਨੂੰ ਜਿਹੜੀ ਕੁਆਲਿਫੀਕੇਸ਼ਨ ਆ ਉਹ ਦੱਸ ਨਹੀਂ ਪਾਵਾਂਗਾ ਜਦੋਂ ਵੀ ਅਪਡੇਟ ਆਏਗਾ ਤੁਹਾਨੂੰ ਮੈਂ ਨਾਲ ਦੀ ਨਾਲ ਅਪਡੇਟ ਦੱਸਾਂਗਾ ਠੀਕ ਹੈ ਜੀ ਸਟੈਨੋ ਟਾਈਪਿਸ ਦੇ ਦੀ ਜਿਹੜੀ ਭਰਤੀ ਆਉਂਦੀ ਹੈ ਇਹਦੇ ਬਾਰੇ ਵਿੱਚ ਵੀ ਨਾਲ ਦੀ ਨਾਲ ਦੀ ਅਪਡੇਟ ਦਵਾਂਗਾ ਨੈਕਸਟ ਹੈਗਾ ਇੱਕ ਪੀਸੀ ਪੀਐਸ ਪੀਸੀਐਲ ਦੀ ਰਹਿ ਗਈ ਹੈ ਠੀਕ ਹੈ ਜੀ ਜਿਹਦੇ ਚ ਲਾਈਨਮੈਨ ਦੀ ਆਉਂਦੀ ਹੈ ਕਲਰਕਸ ਦੀ ਆਉਂਦੀ ਹੈ ਠੀਕ ਹੈ ਜੀ ਇਹਦੇ ਵਿੱਚ ਮੇਨਲੀ ਜੇ ਅਗਰ ਅਸੀਂ ਗੱਲ ਕਰੀਏ ਪੀਐਸ ਪੀਸੀਐਲ ਦੇ ਚ ਲਾਈਨਮ ਸਭੀ ਨਿਕਲਦੀਆਂ ਨੇ ਠੀਕ ਹੈ ਜੀ ਔਰ ਅਗਰ ਅਸੀਂ ਸਟੈਨੋ ਦੀ ਸੌਰੀ ਮੈਂ ਤੁਹਾਨੂੰ ਕਨਫਰਮ ਕਰਨਾ ਭੁੱਲ ਗਿਆ ਸਟੈਨੋ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਨਿਕਲਦੀਆਂ ਨੇ ਚੰਡੀਗੜ੍ਹ ਪੰਜਾਬ ਕੋਰਟ ਦੇ ਵਿੱਚ ਸਟੈਨੋ ਟਾਈਪਿਸ ਦੀ ਜਿਹੜੀਆਂ ਭਰਤੀਆਂ ਨਿਕਲਦੀਆਂ ਰਹਿੰਦੀਆਂ ਨੇ ਇਹ ਤੁਸੀਂ ਕਹਿ ਸਕਦੇ ਹੋ ਕਿ ਹਰੇਕ ਕੋਰਟ ਆਪਣੇ ਕੋਲ ਸਟੈਨੋ ਰੱਖਦੇ ਨੇ ਸੋ ਉਹਦੀਆਂ ਭਰਤੀਆਂ ਆਉਂਦੀ ਰਹਿਣਦੀਆਂ ਜਦੋਂ ਵੀ ਆਉਂਦੀਆਂ ਨਾਲ ਦੀ ਨਾਲ ਅਸੀਂ ਅਪਡੇਟ ਕਰਦੇ ਹੀ ਰਹਿੰਦੇ ਆ ਠੀਕ ਹੈ ਜੀ ਸੋ ਤੁਸੀਂ ਚੈੱਕ ਕਰਦੇ ਰਿਹਾ ਕਰੋ ਸਟੈਂਡਰਡ ਟਾਈਪਿਸ ਦੀ ਵੀ ਠੀਕ ਹੈ ਜੀ ਸੋ ਇਹ ਭਰਤੀ ਜਿਹੜੀਆਂ ਨੇ ਮੋਸਟ ਪ੍ਰੋਬਬਲੀ ਜਿੱਦਾਂ ਵੀ ਆਣਗੀਆਂ ਨਾਲ ਦੀ ਨਾਲ ਅਸੀਂ ਤੁਹਾਨੂੰ ਅਪਡੇਟ ਦਵਾਵਾਂਗੇ ਕਿਦਾਂ ਅਪਲਾਈ ਹੁੰਦੀਆਂ ਨੇ ਕਿ 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 ਕ੍ਰਾਈਟੇਰੀਆ ਰਹਿੰਦਾ ਹੈ ਔਰ ਉਹਦਾ ਸਿਲੇਬਸ ਵੀ ਨਾਲ ਦੀ ਨਾਲ ਅਪਡੇਟ ਕਰਦੇ ਹੁੰਨੇ ਆ ਅਸੀਂ ਸੋ ਤੁਸੀਂ ਚੈੱਕ ਕਰਦੇ ਰਿਹਾ ਕਰੋ ਸਾਡੀ ਵੈਬਸਾਈਟ www.clori.com ਤੇ ਜਾਣਾ ਨਾ ਭੁੱਲਣਾ ਠੀਕ ਹੈ ਜੀ ਔਰ ਜਦੋਂ ਵੀ ਇਹਨਾਂ ਦਾ ਕੋਈ ਵੀ ਅਪਡੇਟ ਆਏਗਾ ਅਸੀਂ ਨਾਲ ਦੀ ਨਾਲ ਅਪਡੇਟ ਕਰਾਂਗੇ ਤੁਹਾਨੂੰ ਠੀਕ ਹੈ ਜੀ